ਯਾਰੇ ਸਾਥੀਓ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ ਦੋਸਤੋ ਜਿਹੜਾ ਅੱਜ ਆਪਾਂ ਸਬਜੈਕਟ ਸ਼ੁਰੂ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਇੰਡੀਅਨ ਪਾਲਿਟੀ ਇੰਡੀਅਨ ਪਾਲਿਟੀ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਪਹਿਲਾ ਟੌਪਿਕ ਹੈ ਉਸ ਟੌਪਿਕ ਦਾ ਨਾਮ ਹੈ ਹਿਸਟੋਰੀਕਲ ਬੈਕਗ੍ਰਾਉਂਡ ਆਫ ਇੰਡੀਅਨ ਕਨਸਟੀਟਿਊਸ਼ਨ ਕਿ ਜਿਹੜਾ ਸਾਡਾ ਭਾਰਤੀ ਸੰਵਿਧਾਨ ਬਣਿਆ ਇਹਦਾ ਹਿਸਟੋਰੀਕਲ ਬੈਕਗ੍ਰਾਉਂਡ ਕੀ ਹੈ ਦੋਸਤੋ ਜੇ ਆਪਾਂ ਥੋੜਾ ਜਆ ਪਿੱਛੇ ਵੱਲ ਝਾਤ ਮਾਰੀਏ ਕਿ ਜਿਹੜਾ ਕਲੰਬਸ ਸੀਗਾ ਉਹ ਇੱਕ ਨਵੀਂ ਧਰਤੀ ਦੀ ਖੋਜ ਕਰਨ ਵਾਸਤੇ ਨਿਕਲਿਆ ਤੇ ਉਹ ਅਮਰੀਕਾ ਦੀ ਖੋਜ ਕਰਕੇ ਦੁਨੀਆਂ ਤੋਂ ਚੱਲ ਵਸਿਆ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਪੁਰਤਗਾਲੀ ਹੈ ਜਿਹੜਾ ਭਾਰਤ ਦੇ ਵਿੱਚ ਆਉਂਦਾ ਸਮੁੰਦਰੀ ਰਸਤੇ ਰਾਹੀਂ ਉਹ 1498 ਦੇ ਵਿੱਚ ਵਾਸਕੋ ਦੀ ਗਮਾ ਆਉਂਦਾ ਹੁਣ ਸਮੁੰਦਰੀ ਰਾਸਤੇ ਰਾਹੀਂ ਆਉਣ ਦਾ ਵੀ ਕਾਰਨ ਸੀਗਾ ਕਿ ਜਿਹੜਾ ਪਹਿਲਾਂ ਕਸਤਨ ਤੁਨੀਆ ਸੀਗਾ ਉਸ ਉੱਤੇ ਜਿਹੜਾ ਅਰਬਾਂ ਨੇ ਹਮਲਾ ਕਰ ਲਿਆ ਸੀਗਾ ਤੇ ਇਹਨਾਂ ਕੋਲੇ ਕੋਈ ਚਾਰਾ ਨਹੀਂ ਸੀਗਾ ਭਾਰਤ ਪਹੁੰਚਣ ਦਾ ਤਾਂ ਜਿਹੜਾ ਬਾਸਕੋਡੀ ਗਮ ਹੈ ਉਹ ਕੇਪ ਹੁਡਾ ਜਿਹੜਾ ਸਾਡਾ ਉਧਰ ਦੀ ਆਉਂਦਾ ਹੋਇਆ ਭਾਰਤ ਦੇ ਵਿੱਚ ਪਰਵੇਸ਼ ਕਰਦਾ ਉਹ ਇੱਥੇ ਆਉਂਦਾ ਤੇ ਇੱਥੇ ਆ ਕੇ ਜਿਹੜਾ ਇੱਥੋਂ ਚੀਜ਼ਾਂ ਲੈ ਕੇ ਜਾਂਦਾ ਉਹਨਾਂ ਦਾ ਨਰਜਾਤ ਕਰਦਾ ਇੱਥੋਂ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਰੁਪਈਆ ਦੀ ਚੀਜ਼ ਲੈ ਕੇ ਉਧਰ ਜਾ ਕੇ 60 ਰੁਪਈਆ ਦੀ ਵੇਚਦਾ ਉਹ ਤਾਂ ਬਾਕੀ ਵੀ ਜਿਹੜੇ ਹੋਰ ਲੋਕ ਨੇ ਉੱਥੋਂ ਦੇ ਉਹਨਾਂ ਦੇ ਮਨ ਦੇ ਵਿੱਚ ਇਹ ਲਾਲਚ ਪੈਦਾ ਹੁੰਦਾ ਕਿ ਕਿਉਂ ਨਾ ਭਾਰਤ ਦੇ ਵਿੱਚ ਜਾ ਕੇ ਵਪਾਰ ਕਰਾਇਆ ਜਾਵੇ ਤਾਂ ਫਿਰ 31 ਦਸੰਬਰ 1600 ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹ ਇੱਕ ਵਪਾਰ ਕੰਪਨੀ ਦੇ ਰੂਪ ਤੇ ਚ ਭਾਰਤ ਚ ਆਉਂਦੀ ਹੈ ਉਸ ਟਾਈਮ ਆਪਾਂ ਜਾ ਸਕਦੇ ਆ ਕਿ ਜਿਹੜੀ ਉਥੋਂ ਦੀ ਰਾਣੀ ਸੀ ਉਹਦਾ ਨਾਮ ਸੀਗਾ ਕੁਈਨ ਐਲਿਜ਼ਾਬੈਥ ਇਸ ਤੋਂ ਪਰਮਿਸ਼ਨ ਲੈ ਕੇ 31 ਦਸੰਬਰ 1600 ਨੂੰ ਜਿਹੜੀ ਇੱਕ ਮਰਚੈਂਟਾਂ ਦੀ ਕੰਪਨੀ ਹੈ ਉਹ ਭਾਰਤ ਦੇ ਵਿੱਚ ਆਉਂਦੀ ਹੈ ਤੇ 1765 ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਹੈ ਇਹਨੂੰ ਦਿਵਾਨੀ ਜਿਹੜੇ ਰਾਈਟਸ ਨੇ ਦਿਵਾਨੀ ਅਧਿਕਾਰ ਨੇ ਜਿਹੜੇ ਉਹ ਬੰਗਾਲ ਬਿਹਾਰ ਤੇ ਅੜੀਸਾ ਦੇ ਵਿੱਚ ਮਿਲ ਜਾਂਦੇ ਨੇ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ 1857 ਦੇ ਵਿੱਚ ਸਾਡੇ ਜਿਹੜਾ ਵਿਦਰੋਹ ਹੁੰਦਾ ਹੈ ਜਿਹੜਾ ਆਪਾਂ ਪਹਿਲਾ ਅਸਤੰਦਤਾ ਸੰਗਰਾਮ ਕਹਿੰਦੇ ਆ ਜਿਹੜਾ ਕਿ ਮੇਰਠ ਤੋਂ ਸ਼ੁਰੂ ਹੁੰਦਾ ਜਿਹਦੇ ਵਿੱਚ ਪਹਿਲਾ ਸ਼ਹੀਦ ਹੈ ਜਿਹੜਾ ਮੰਗਲ ਪਾਂਡੇ ਹੁੰਦਾ ਹੌਲੀ ਹੌਲੀ ਜਿਹੜਾ ਇਹ ਚਰਚਾ ਹੁੰਦੀ ਹੋਈ ਕਿ ਜਿਹੜਾ ਸੋਨੇ ਕੰਪਨੀ ਦੇ ਵਸਦੇ ਵਿੱਚ ਕੰਮ ਨਹੀਂ ਰਹਿ ਗਿਆ ਕਿਉਂਕਿ ਇੱਥੇ ਵਿਦਰੋਹ ਹੋਣੇ ਸ਼ੁਰੂ ਹੋ ਗਏ ਨੇ ਤਾਂ ਫਿਰ ਜਿਹੜਾ ਇਹ ਕ੍ਰਾਊਨ ਦੇ ਅਧੀਨ ਹੈ ਜਿਹੜਾ ਸਾਡਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਤਾਜ ਦੇ ਅਧੀਨ 1858 ਦੇ ਵਿੱਚ ਰਾਣੀ ਕੋਸ਼ਨਾ ਕਰਦੀ ਹੈ ਇਸ ਤੋਂ ਬਾਅਦ ਜਿਹੜਾ ਸਿੱਧਾ ਅਧਿਕਾਰ ਹੋਊਗਾ ਉਹ ਕਿਹਦਾ ਹੋਊਗਾ ਉਹ ਤਾਜ਼ ਦੇ ਅਧੀਨੜਾ ਭਾਰਤ ਤੇ ਰਾਜ ਕੀਤਾ ਜਾਊਗਾ ਇਸ ਤੋਂ ਬਾਅਦ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਜਾਂਦਾ ਹੈ ਮਾਉਂਟਬੈਟਨ ਪਲਾਨ ਹੈ ਜਿਹੜਾ ਸਾਡਾ ਨਾ ਉਹਦੇ ਰਾਹੀਂ ਫਿਰ 1946 ਦੇ ਵਿੱਚ ਸਾਡੀ ਸਾਡੀ ਅਸੈਂਬਲੀ ਹੈ ਸੰਵਿਧਾਨਕ ਸਭਾ ਜਿਹਨੂੰ ਅਸੀਂ ਬੋਲਦੇ ਹਾਂ ਸੰਵਿਧਾਨ ਸਭਾ ਜਿਹੜੀ ਹੈ ਉਹ ਇਸ ਮੰਤਵ ਲਈ ਬਣਦੀ ਹੈ ਕਿ ਇੱਕ ਸੰਵਿਧਾਨ ਹੋਣਾ ਚਾਹੀਦਾ ਹੈ ਇਹ 26 ਜਨਵਰੀ 1950 ਨੂੰ ਜਿਹੜਾ ਸਾਡਾ ਸੰਵਿਧਾਨ ਹੈ ਉਹ ਬਣ ਕੇ ਤਿਆਰ ਹੋ ਜਾਂਦਾ ਹੈ ਸਾਡੇ ਸੰਵਿਧਾਨ ਨੂੰ ਬਣਨ ਵਾਸਤੇ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸੀਗੇ ਹੁਣ ਆਪਾਂ ਇਹਦਾ ਇਤਿਹਾਸਿਕ ਬੈਕਗ੍ਰਾਉਂਡ ਕੀ ਹੈ ਉਹ ਦੇਖ ਲਈਏ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲੇ ਆਉਂਦਾ ਉਹ ਰੈਗੂਲੇਟਿੰਗ ਐਕਟ ਆਂ ਦਾ 1773 ਦਾ ਇਹਦੇ ਵਿੱਚ ਕੀ ਹੈ ਇਹਦੇ ਫੀਚਰਸ ਕੀ ਨੇ ਵਿਸ਼ੇਸ਼ਤਾਵਾਂ ਕੀ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਗਵਰਨਰ ਸੀਗਾ ਬੰਗਾਲ ਦਾ ਉਹਨੂੰ ਗਵਰਨਰ ਜਨਰਲ ਬੰਗਾਲ ਬਣਾਇਆ ਜਾਂਦਾ ਹੈ ਇੱਥੇ ਸਾਨੂੰ ਬਹੁਤ ਕਨਫਿਊਜ਼ਨ ਰਹਿੰਦੀ ਹੈ ਕਿ ਗਵਰਨਰ ਗਵਰਨਰ ਜਨਰਲ ਤੇ ਜਿਹੜਾ ਵਾਇਸਰਾਏ ਆ ਪਹਿਲਾਂ ਕੀ ਹੁੰਦਾ ਸੀਗਾ ਕਿ ਪਹਿਲਾਂ ਇਸ ਐਕਟ ਤੋਂ ਪਹਿਲਾਂ ਜਿਹੜੇ ਸੀਗੇ ਗਵਰਨਰ ਹੁੰਦੇ ਸੀਗੇ ਜਿਹੜੇ ਆਪਾਂ ਪਹਿਲਾਂ ਪੜ ਚੁੱਕੇ ਹਾਂ ਕਿ ਬੰਗਾਲ ਬਿਹਾਰ ਤੇ ਓਡੀਸ਼ਾ ਦੇ ਵਿੱਚ ਜਿਹੜੇ ਸੀਗੇ ਨਾ ਇਸ ਤੋਂ ਬਾਅਦ ਜਿਹੜਾ ਇਹ ਐਕਟ ਆਉਂਦਾ 1773 ਦਾ ਇਹਦੇ ਵਿੱਚ ਜਿਹੜਾ ਗਵਰਨਰ ਸੀਗਾ ਉਹਨੂੰ ਗਵਰਨਰ ਜਨਰਲ ਬਣਾਇਆ ਜਾਂਦਾ ਹੈ ਜੇ ਜਪਾ ਵਾਇਸਰਾਏ ਦੀ ਗੱਲ ਕਰੀਏ ਜਦੋਂ 1858 ਵਾਲਾ ਐਕਟ ਹੁੰਦਾ ਜਿਹੜਾ ਸਾਡਾ ਜਦੋਂ ਆਪਾਂ ਕਿਹਾ ਕਿ ਕ੍ਰਾਉਨ ਦੇ ਅਧੀਨ ਜਿਹੜਾ ਭਾਰਤ ਹੋ ਜਾਂਦਾ ਤਾਂ ਅਜ ਦੇ ਅਧੀਨ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਵਾਇਸਰਾਏ ਹੈ ਉਹਦੀ ਜਿਹੜੀ ਪੋਸਟ ਹੈ ਉਹ ਕ੍ਰੀਏਟ ਹੁੰਦੀ ਹੈ ਤਾਂ ਹੁਣ ਆਪ ਨੂੰ ਇੱਕ ਕਨਫਿਊਜ਼ਨ ਰਹੇ ਕਿ ਗਵਰਨਰ ਕੀ ਹੁੰਦਾ ਹੈ ਗਵਰਨਰ ਜਨਰਲ ਕੀ ਹੁੰਦਾ ਹੈ ਤੇ ਵਾਇਸਰਾਏ ਕਿਹਨੂੰ ਕਿਹਾ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਇਸ ਐਕਟ ਦੇ ਦੀ ਜਿਹੜਾ ਗਵਰਨਰ ਸੀਗਾ ਬੰਗਾਲ ਦਾ ਉਹਨੂੰ ਗਵਰਨਰ ਜਨਰਲ ਬਣਾ ਦਿੱਤਾ ਜਾਂਦਾ ਤੇ ਇਹਦੀ ਅਪਾ ਕਿਸੇ ਨਾਲ ਸਹਾਇਤਾ ਕਰਨ ਵਾਸਤੇ ਜਿਹੜੇ ਦੋ ਗਵਰਨਰ ਨੇ ਬੰਬਈ ਦਾ ਤੇ ਮ드ਰਾਸ ਦਾ ਉਹਨਾਂ ਨੂੰ ਲਾਇਆ ਜਾਂਦਾ ਤੇ ਜਿਹੜਾ ਸਾਡਾ ਸਭ ਤੋਂ ਪਹਿਲਾ ਗਵਰਨਰ ਜਨਰਲ ਸੀਗਾ ਉਸ ਦਾ ਨਾਮ ਆਉਂਦਾ ਹੈ ਵਾਰਨ ਹੇਸਟਿੰਗਸ ਤੇ ਇਸੇ ਐਕਟ ਦੇ ਅਧੀਨ ਸਾਡੇ ਸੁਪਰੀਮ ਕੋਰਟ ਬਣਦੀ ਹੈ ਕਲਕੱਤਾ ਦੇ ਵਿੱਚ 1774 ਦੇ ਵਿੱਚ ਜਿਹਦੇ ਵਿੱਚ ਕੀ ਸੀਗਾ ਕਿ ਇੱਕ ਚੀਫ ਜਸਟਿਸ ਹੁੰਦਾ ਸੀਗਾ ਤੇ ਤਿੰਨ ਜਿਹੜੇ ਹੋਰ ਜੱਜ ਨੇ ਉਹਨਾਂ ਨੂੰ ਲਾਇਆ ਗਿਆ ਸੀਗਾ ਤੇ ਜਿਹੜਾ ਪ੍ਰਾਈਵੇਟ ਟ੍ਰੇਡ ਹੋ ਰਿਹਾ ਸੀਗਾ ਪਹਿਲਾਂ ਉਹਦੇ ਉੱਤੇ ਬਿਲਕੁਲ ਕੀ ਕਰਤੀ ਜਾਂਦੀ ਹੈ ਪਾਬੰਦੀ ਲਾ ਦਿੱਤੀ ਜਾਂਦੀ ਹੈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਸਾਡਾ ਪਹਿਲਾ ਗਵਰਨਰ ਜਨਰਲ ਸੀ ਉਸ ਦਾ ਨਾਮ ਸੀਗਾ ਲਾਰਡ ਬਾਰਨ ਹਿਸਟਿੰਗਸ ਨੈਕਸਟ ਸਾਡੇ ਕੋਲ ਜਿਹੜਾ ਸਾਡਾ ਐਕਟ ਆਉਂਦਾ ਉਹ ਸੈਕਟਰ ਦਾ ਨਾਮ ਹੈ ਪਿਟਸ ਇੰਡੀਆ ਐਕਟ ਜਿਹੜਾ ਕਿ 1784 ਦੇ ਵਿੱਚ ਆਉਂਦਾ ਹੈ ਇਸ ਦੇ ਵਿੱਚ ਕੀ ਹੈ ਕਿ ਜਿਹੜੀਆਂ ਸਾਡੀਆਂ ਕਮਰਸ਼ੀਅਲ ਤੇ ਪੋਲੀਟਿਕਲ ਫੰਕਸ਼ਨ ਸੀਗੇ ਕੰਪਨੀ ਦੇ ਉਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਂਦਾ ਹੈ ਕਿ ਜਿਹੜਾ ਵਪਾਰ ਵਾਲਾ ਕੰਮ ਆਉ ਉਹਦਾ ਇੱਕ ਅਲੱਗ ਖੇਤਰ ਬਣਾਤਾ ਜਾਂਦਾ ਹੈ ਜਿਹੜਾ ਉਹਨੇ politikal ਆਪਾਂ ਕਹਿੰਦੇ ਰਾਜਨੀਤਿਕ ਕੰਮ ਨੇ ਉਹਨਾਂ ਨੂੰ ਵੱਖਰੇ ਤੌਰ ਤੇ ਨਾਲ ਛੇੜ ਦਿੱਤਾ ਜਾਂਦਾ ਹੈ ਤੇ ਜਿਹੜੀ ਸਾਡਾ ਡਬਲ ਗਵਰਨਮੈਂਟ ਦਾ ਸਿਸਟਮ ਹੈ ਇਸ ਸੈਕਟਰ ਦੀ ਨਾ ਹੁੰਦਾ ਇਹਦੇ ਵਿੱਚ ਕੀ ਸੀਗਾ ਕਿ ਕੋਰਟ ਆਫ ਡਾਇਰੈਕਟਰ ਸੀਗਾ ਉਹਨੂੰ ਜਿਹੜੇ ਸਾਡੇ ਕਮਰਸ਼ੀਅਲ ਅਫੇਅਰ ਹੁੰਦੇ ਸੀ ਜਿਹੜੇ ਸਾਡੇ ਵਪਾਰਕ ਮਸਲੇ ਸੀਗੇ ਉਹ ਮੈਨੇਜ ਕਰਨ ਵਾਸਤੇ ਲਾਇਆ ਜਾਂਦਾ ਤੇ ਜਿਹੜਾ ਸਾਡਾ ਬੋਰਡ ਆਫ ਕੰਟਰੋਲ ਸੀਗਾ ਉਹਨੂੰ politikal ਅਫੇਅਰ ਵਾਸਤੇ ਚੁਣਿਆ ਜਾਂਦਾ ਹੈ ਤਾਂ ਇੱਥੇ ਇਹ ਗੱਲ ਆਪਾਂ ਨੂੰ ਧਿਆਨ ਚ ਰੱਖਣੀ ਆ ਕਿ ਜਿਹੜਾ ਕੋਰਟ ਆਫ ਡਾਇਰੈਕਟਰ ਤੇ ਬੋਰਡ ਆਫ ਕੰਟਰੋਲ ਹੈ ਦੋ ਅਲੱਗ-ਅਲੱਗ ਆਪਾਂ ਕਹਿ ਸਕਦੇ ਆ ਕਿ ਡਿਪਾਰਟਮੈਂਟ ਨੇ ਜਾਂ ਕਹਿ ਸਕਦੇ ਆ ਕਿ ਉਸ ਟਾਈਮ ਦੇ ਵਿੱਚ ਦੋਨਾਂ ਦੇ ਅਲੱਗ-ਅਲੱਗ ਪਦਵੀਆਂ ਨੇ ਜਿਹੜਾ ਕੋਰਟ ਆਫ ਡਾਇਰੈਕਟਰ ਸੀ ਉਹ ਕੀ ਦੇਖਦਾ ਸੀਗਾ ਜਿਹੜੇ ਸਾਡੇ ਵਪਾਰਕ ਮਸਲੇ ਸੀਗੇ ਉਹਨਾਂ ਨੂੰ ਦੇਖਦਾ ਸੀਗਾ ਜਿਹੜਾ ਬੋਰਡ ਆਫ ਕੰਟਰੋਲ ਸੀਗਾ ਉਸ ਟਾਈਮ ਦੇ ਵਿੱਚ ਭਾਰਤ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਅਫੇਅਰ ਸੀਗੇ ਉਹਨਾਂ ਦੀ ਜਾਂਚ ਪੜਤਾਲ ਕਰਨੀ ਉਹਨਾਂ ਨੂੰ ਨਿਗਰਾਨੀ ਹੇਠ ਰੱਖਣਾ ਤੇ ਉਹਨਾਂ ਨੂੰ ਮੈਨੇਜ ਕਰਨਾ ਇਹ ਬੋਰਡ ਆਫ ਕੰਟਰੋਲ ਦਾ ਕੰ ਫਸਟ ਟਾਈਮ ਬ੍ਰਿਟਿਸ਼ ਪੋਜੈਸ਼ਨ ਇਨ ਇੰਡੀਆ ਕਾਲਡ ਇਨ ਇੰਡੀਆ ਪਹਿਲੀ ਵਾਰੀ ਜਿਹੜਾ ਸੀਗਾ ਇਸ ਟਾਈਮ ਮਤਲਬ ਇਹਨੂੰ ਭਾਰਤ ਆਖਿਆ ਗਿਆ ਦੇ ਵਿੱਚ ਇਸ ਤੋਂ ਬਾਅਦ ਸਾਡੇ ਕੋਲੇ ਜਿਹੜਾ ਐਕਟ ਆਉਂਦਾ ਉਹ ਹੁੰਦਾ ਚਾਰਟਰ ਐਕਟ 1833 ਦਾ ਇਹਦੇ ਵਿੱਚ ਕੀ ਹੈ ਕਿ ਜਿਹੜਾ ਆਪਾਂ ਪਹਿਲਾਂ ਪੜ ਚੁੱਕਿਆਂਗੇ ਪਹਿਲਾਂ ਗਵਰਨਰ ਹੁੰਦੇ ਸੀਗੇ ਫਿਰ ਗਵਰਨਰ ਜਨਰਲ ਆਫ ਬੰਗਾਲ ਬਣ ਗਿਆ ਸੀਗਾ ਜਿਹੜਾ ਸਾਡਾ ਵਾਰਨ ਹੇਸਟਿੰਗ ਸੀਗਾ ਤੇ 1833 ਦੇ ਐਕਟ ਦੇ ਵਿੱਚ ਕੀ ਹੈ ਕਿ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀਗਾ ਉਹਨੂੰ ਗਵਰਨਰਨ ਜਨਰਲ ਆਫ ਇੰਡੀਆ ਬਣਾ ਦਿੱਤਾ ਗਿਆ ਸੀਗਾ ਇਦੇ ਵਿੱਚ ਜਿਹੜੀਆਂ ਸੱਡੀਆਂ ਬੰਬੇ ਦੇ ਮਦਰਾਸ ਦੇ ਗਵਰਨਰ ਲਪ ਲਾਈ ਸੀਗੇ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਪਦਵੀਆਂ ਸੀਗੀਆਂ ਜਿਹਨਾਂ ਦੀਆਂ ਪਾਵਰਾਂ ਸੀਗੀਆਂ ਸ਼ਕਤੀਆਂ ਸੀਗੀਆਂ ਉਹਨਾਂ ਨੂੰ ਕੀ ਕਰਤਾ ਗਿਆ ਸੀਗਾ ਘਟਾ ਦਿੱਤਾ ਗਿਆ ਸੀਗਾ ਤੇ ਜਿਹੜੀ ਕੰਪਨੀਆਂ ਨੂੰ ਆਰਡਰ ਕਰਦੇ ਸੀਗੇ ਕਿ ਜਿਹੜੀ ਸਾਡੀ ਕਮਰਸ਼ੀਅਲ ਬਾਡੀ ਹੈ ਉਹਨੂੰ ਛੇਤੀ ਛੇਤੀ ਕੀਤਾ ਜਾਵੇ ক্লোਜ਼ ਕੀਤਾ ਜਾ ਸਕੇ ਤੇ ਜਿਹੜਾ ਸਾਡਾ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਉਸ ਦਾ ਨਾਮ ਹੈਗਾ ਲਾਰਡ ਵਿਲੀਅਮ ਬੈਂਟਿਕ ਇਹ ਵੀ ਆਪਾਂ ਯਾਦ ਰੱਖਣਾ ਹੈ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਉਹ ਵਾਰਨ ਹੇਸਟਿੰਗ ਸੀਗਾ ਜਿਹੜਾ ਗਵਰਨਰ ਜਨਰਲ ਆਫ ਇੰਡੀਆ ਉਹ ਲਾਰਡ ਵਿਲੀਅਮ ਵੈਂਟਿੰਗ ਨੂੰ ਬਣਾਇਆ ਜਾਂਦਾ ਹੈ ਇਸ ਤੋਂ ਅਗੇ ਜਿਹੜਾ ਸਾਡਾ ਐਕਟ ਹੈ ਜਿਹਨਾਂ ਚਾਰਟਰ ਐਕਟ 1853 ਇਹਦੇ ਵਿੱਚ ਕੀ ਹੈ ਕਿ ਇਟ ਇਸਟੈਬਲਿਸ਼ਡ ਅ ਸਿਪਰੇਟ ਗਵਰਨਰਨਰਲ ਲੈਜਿਸਲੇਟਿਵ ਕੌਂਸਲ ਇਹਦੇ ਵਿੱਚ ਕੀ ਜਿਹੜੀ ਗਵਰਨਰ ਜਨਰਲ ਦੀ ਇੱਕ ਕੌਂਸਲ ਸੀਗੀ ਉਹਦਾ ਨਾਮ ਬਦਲ ਕੇ ਇੰਡੀਅਨ ਲੈਜਿਸਲੇਟਿਵ ਕੌਂਸਲ ਰੱਖ ਦਿੱਤਾ ਜਾਂਦਾ ਤੇ ਪਹਿਲੀ ਵਾਰੀ ਜਿਹੜਾ ਲੋਕਲ ਰਿਪਰੈਜ਼ੈਂਟੇਸ਼ਨ ਇੰਦੇ ਆ ਇੰਡੀਅਨ ਲੈਜਿਸਲੇਟਿਵ ਕਾਉਂਸਲ ਕਿ ਪਹਿਲੀ ਵਾਰ ਇਹਦੇ ਭਾਰਤੀ ਲੋਕਾਂ ਨੂੰ ਇਹਦੇ ਵਿੱਚ ਜਗ੍ਹਾ ਮਿਲਦੀ ਹੈ ਜਿਹੜੀ ਇਹ ਕਾਉਂਸਲ ਹੈ ਭਾਰਤੀ ਲੋਕਾਂ ਨੇ ਇਹਦੇ ਵਿੱਚ ਤਵੱਜੋ ਦੇਣੀ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਨਾਪਾਂ ਕਹਿੰਦੇ ਜਿਹੜੀ ਸਾਡੀਆਂ ਸਿਵਲ ਸਰਵਿਸਿਸ ਨੇ ਉਹਨਾਂ ਨੂੰ ਭਾਰਤੀ ਲੋਕਾਂ ਵਾਸਤੇ ਕਰਤਾ ਜਾਂਦਾ ਖੋਲ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਕੀ ਸੀਗਾ ਜਿਹੜੇ ਸਾਡੇ ਲੋਕ ਸੀਗੇ ਉਹ ਸਿਵਲ ਸਰਵਿਸ ਦੇ ਵਿੱਚ ਨਹੀਂ ਜਾ ਸਕਦੇ ਸੀਗੇ ਇਥੇ ਆਪਣੀ ਗੱਲ ਹੋਰ ਵੀ ਕਰ ਲਈਏ ਕਿ ਜਿਹੜਾ ਸਾਡਾ ਸਭ ਤੋਂ ਪਹਿਲਾ ਆਈ.ਸੀ.ਐਸ ਅਧਿਕਾਰੀ ਜਿਹੜਾ ਬਣਿਆ ਸੀਗਾ ਭਾਰਤ ਦਾ ਉਹਦਾ ਨਾਮ ਸੀਗਾ ਸਤेंद्रਨਾਥ ਟੈਗੋਰ ਇਹ ਪਾ ਯਾਦ ਰੱਖਣਾ ਨੈਕਸਟ ਸਾਡੇ ਕੋਲ ਆ ਗਿਆ ਗਵਰਨਮੈਂਟ ਆਫ ਇੰਡੀਆ ਐਕਟ 1858 ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ 1857 ਦੇ ਵਿੱਚ ਜਿਹੜਾ ਸਾਡਾ ਪਹਿਲਾ ਸੈਨਿਕ ਵਿਦਰੋਹ ਕਹ ਦਿੰਦੇ ਆ ਪਹਿਲਾ ਭਾਰਤੀ ਸੁਤੰਤਰਤਾ ਸੰਗਰਾਮ ਕਹ ਦਿੰਦੇ ਆ ਉਹ ਹੁੰਦਾ ਜਿਹੜਾ ਕਿ ਮੇਰਠ ਤੋਂ ਸ਼ੁਰੂ ਹੋਇਆ ਸੀਗਾ ਜਿਹਦੇ ਵਿੱਚ ਥੋੜਾ ਜਿਹਾ ਬੈਕਗ੍ਰਾਉਂਡ ਆਪਾਂ ਦੇਖ ਲਈਏ ਕਿ ਚਰਬੀ ਵਾਲੇ ਕਾਰਤੂਸ ਸੀਗੇ ਜਿਹੜੇ ਉਹ ਚਲਾਉਣ ਤੋਂ ਮਨਾ ਕਰਤਾ ਸੀਗਾ ਉਹ ਸੈਨਕਾਨ ਨੇ ਤੇ ਪਹਿਲਾ ਜਿਹੜਾ ਸਾਡਾ ਸ਼ਹੀਦ ਹੈ ਉਹ ਮੰਗਲ ਪਾਂਡੇ ਹੁੰਦਾ ਹੈ ਤੇ ਜਿਹੜਾ ਇਹ ਐਕਟ ਹੈ ਇਸ ਐਕਟ ਨੂੰ ਐਕਟ ਆਫ ਗੁੱਡ ਗਵਰਨਮੈਂਟ ਆਫ ਇੰਡੀਆ ਐਕਟ ਵੀ ਕਿਹਾ ਜਾਂਦਾ ਹੈ ਇਹ ਆਪਾਂ ਯਾਦ ਰੱਖਣਾ ਹੈ ਪੇਪਰ ਦੇ ਵਿੱਚ ਸਾਨੂੰ ਸਵਾਲ ਪੁੱਛ ਲਿਆ ਜਾਂਦਾ ਹੈ ਕਿ ਐਕਟ ਆਫ ਗੁੱਡ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ ਹੈ ਉਹਦੇ ਵਿੱਚ ਸਾਨੂੰ ਚਾਰ ਆਪਸ਼ਨਾਂ ਦਿੱਤੀਆਂ ਜਾਂਦੀਆਂ ਨੇ ਕਿ 1833 ਵਾਲਾ ਹੈ 1853 ਵਾਲਾ ਹੈ 1858 ਵਾਲਾ ਤਾਂ ਭਈ ਯਾਦ ਰੱਖਣਾ ਕਿ ਇਹਦਾ 1858 ਐਕਟ ਹੈ ਇਹਨੂੰ ਐਕਟ ਆਫ ਗੁੱਡ ਗਵਰਨਮੈਂਟ ਆਫ ਇੰਡੀਆ ਐਕਟ ਵੀ ਕਿਹਾ ਜਾਂਦਾ ਹੈ ਇਹਦੀਆਂ ਫੀਚਰਸ ਕੀ ਨੇ ਜਬ ਵਿਸ਼ੇਸ਼ਤਾਵਾਂ ਆਪਾਂ ਕਹ ਲਈਏ ਕਿ ਜਿਹੜੀ ਸਾਡੀ ਗਵਰਨਰ جنرل ਆਫ ਇੰਡੀਆ ਦੀ ਪੋਸਟ ਸੀਗੀ ਜਿਹੜਾ ਉਹਦਾ ਸੀਗਾ ਉਹਨੂੰ ਬਦਲ ਕੇ ਹੁਣ ਕੀ ਕਰ ਦਿੱਤਾ ਗਿਆ ਵਾਈਸ ਰਾਏ ਆਫ ਇੰਡੀਆ ਕਰ ਦਿੱਤਾ ਜਾਂਦਾ ਹੈ ਤੇ ਜਿਹੜੀ ਸਾਡੀ ਡਬਲ ਗਵਰਨਮੈਂਟ ਸੀਗੀ ਉਹਦਾ ਅੰਤ ਹੋ ਜਾਂਦਾ ਹੈ ਤੇ ਇੱਥੇ ਇੱਕ ਨਵਾਂ ਆਫਿਸ ਹੈ ਜਿਹੜਾ ਨਵਾਂ ਦਫ਼ਤਰ ਜਾਂ ਨਵਾਂ ਆਪਾਂ ਕਹਿ ਸਕਦੇ ਹਾਂ ਕਿ ਡਿਪਾਰਟਮੈਂਟ ਬਣਦਾ ਹੈ ਸਕੱਰੇਟਰੀ ਆਫ ਸਟੇਟ ਫਾਰ ਇੰਡੀਆ ਜਿਹੜਾ ਕਿ ਭਾਰਤ ਦਾ ਜਿਹੜਾ ਸਾਰਾ ਕੰਟਰੋਲ ਕਰੂਗਾ ਜਿਹੜੇ ਸਾਡੇ ਪ੍ਰਸ਼ਾਸਕੀ ਕੰਮ ਹੋਣਗੇ ਉਹਨਾਂ ਨੂੰ ਦੇਖੂਗਾ ਉਹਦੇ ਵਾਸਤੇ ਜਿਹੜਾ ਸਾਡਾ ਨਵਾਂ ਇੱਕ ਆਫਿਸ ਬਣਦਾ ਹੈ ਉਹਦਾ ਆਪਾਂ ਨਾਮ ਯਾਦ ਰੱਖਣਾ ਸਕੱਰੇਟਰੀ ਆਫ ਸਟੇਟ ਫਾਰ ਇੰਡੀਆ ਤੇ ਇਹਦੇ ਵਿੱਚ ਕੀ ਸੀਗਾ 15 ਮੈਂਬਰਾਂ ਦੀ ਜਿਹੜੀ ਕੌਂਸਲ ਸੀਗੀ ਜਿਹੜੀ ਉਹਨੂੰ ਹੈਲਪ ਕਰਨ ਵਾਸਤੇ ਅਸਿਸਟ ਕਰਨ ਵਾਸਤੇ ਰੱਖੀ ਗਈ ਸੀ ਤੇ ਜਿਹੜਾ ਸਾਡਾ ਪਹਿਲਾ ਵਾਇਸਰਾਏ ਵਾਇਸਰਾਏ ਆਫ ਇੰਡੀਆ ਹੈ ਉਸਦਾ ਨਾਮ ਸੀਗਾ ਲਾਰਡ ਕੈਨਿੰਗ ਇਹ ਵੀ ਯਾਦ ਰੱਖਣਾ ਕਈ ਵਾਰ ਪੇਪਰ ਦੇ ਸਵਾਲ ਆ ਜਾਂਦਾ ਕਿ ਜਦੋਂ ਸਾਡਾ 1857 ਦਾ ਵਿਦਰੋਹ ਹੁੰਦਾ ਉਸ ਟਾਈਮ ਦੇ ਵਿੱਚ ਜਿਹੜਾ ਵਾਇਸਰਾਏ ਹੈ ਵਾਇਸਰਾਏ ਨਹੀਂ ਪੁੱਛਿਆ ਜਾਂਦਾ ਕਿ ਪੁੱਛਿਆ ਜਾਊਗਾ ਸਾਨੂੰ ਕਿ ਉਸ ਟਾਈਮ ਦੇ ਵਿੱਚ ਜਿਹੜਾ ਗਵਰਨਰ ਜਨਰਲ ਆਫ ਇੰਡੀਆ ਸੀ ਉਹ ਕੌਣ ਸੀਗਾ ਉਹ ਲਾਰਡ ਕੈਨਿੰਗ ਸੀਗਾ ਲਾਸਟ ਗਵਰਨਰ ਜਨਰਲ ਆਫ ਇੰਡੀਆ ਇਹ ਤੇ ਪਹਿਲਾ ਵਾਇਸਰਾਏ ਆ ਇਹ ਆਪਾਂ ਯਾਦ ਰੱਖਣਾ ਸੋ ਦੋਸਤੋ ਜਿਹੜਾ ਆਪਣੇ ਅਗਲੇ ਐਕਟ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤਾਂ ਜਿੰਨਾ ਸੰਭਵ ਹੋ ਸਕਦਾ ਸੀ ਆਪਾਂ ਇਸ ਵੀਡੀਓ ਦੇ ਵਿੱਚ ਨਵੇਟਣ ਦੀ ਕੋਸ਼ਿਸ਼ ਕੀਤੀ ਆ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ